ਹਾਂਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਅੰਬਰਸਰ ਅਤੇ ਉੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱੱਲਿਆਵਾਲਾ ਬਾਗ ਹਾਂਜੀ ਪਹਿਲਾਂ ਨਾਲੋਂ ਕਿੰਨਾ ਚੇਂਜ ਆ ਗਿਆ ਹੈ ਇਸ ਜਿੱੱਲਿਆਵਾਲੇ ਬਾਗ ਵਿੱਚ ਜਿੱਥੇ ਜਰਨਲ ਡਾਇਰ ਨੇ ਗੋਲੀਆਂ ਚਲਾ ਕੇ ਕਈ ਦਹੱਤੇ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਹਾਂਜੀ ਹੁਣ ਇਹ ਤੁਸੀਂ ਦੇਖ ਰਹੇ ਹੋ ਇਹ ਜਿੱੱਲਿਆਵਾਲੇ ਬਾਗ ਦੇ ਸਟਾਰਟਿੰਗ ਗੇਟ ਦੇ ਵਿੱਚ ਹੀ ਲਗਾਈਆਂ ਗਈਆਂ ਹਨ ਉਹਨਾਂ ਲੋਕਾਂ ਦੀਆਂ ਤਸਵੀਰਾਂ ਜਿਨ੍ਹਾਂ ਨੂੰ ਜਰਨਲ ਡਾਇਲ ਅਤੇ ਅੰਗਰੇਜ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਹਾਂਜੀ ਤੁਸੀਂ ਦੇਖ ਰਹੇ ਹੋ ਜੱਲਿਆਵਾਲੇ ਬਾਗ ਦੀ ਪੂਰੀ ਵੀਡੀਓ ਜਰੂਰ ਦੇਖੋ ਤਾਂ ਕਿ ਤੁਹਾਨੂੰ ਜੱਲਿਆਵਾਲੇ ਬਾਗ ਦੀ ਜਾਣਕਾਰੀ ਮਿਲ ਸਕੇ ਅਤੇ ਇੱਥੇ ਹੁਣ ਪਹਿਲੇ ਨਾਲੋਂ ਸਰਕਾਰ ਨੇ ਬਹੁਤ ਹੀ ਜ਼ਿਆਦਾ ਚੇਂਜ ਕਰ ਦਿੱਤੇ ਹਨ ਅਤੇ ਬਹੁਤ ਹੀ ਵਧੀਆ ਚੀਜ਼ਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਹਾਂਜੀ ਤੁਹਾਨੂੰ ਲੈ ਚੱਲਦੇ ਹਾਂ ਹੁਣ ਉਸ ਖੂਹ ਕੋਲ ਜਿੱਥੇ ਲੋਕਾਂ ਨੇ ਅੰਗਰੇਜ਼ਾਂ ਦੀਆਂ ਗੋਲੀਆਂ ਤੋਂ ਡਰਦੇ ਹੋਏ ਸਾਲਾ ਮਾਰ ਦਿੱਤੀਆਂ ਸਨ ਹਾਂਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੱੱਲਿਆ ਵਾਲੇ ਬਾਗ ਹਾਂਜੀ ਅੱਜ ਅੰਬਰਸਰ ਵਿੱਚ ਬਹੁਤ ਹੀ ਜ਼ਿਆਦਾ ਮੀਂਹ ਵੀ ਪੈ ਰਿਹਾ ਹੈ ਪਰ ਤਾਂ ਵੀ ਤੁਹਾਨੂੰ ਅਸੀਂ ਜਿੱੱਲਿਆ ਵਾਲੇ ਬਾਗ ਦਾ ਉਹ ਸਾਰਾ ਦ੍ਰਿਸ਼ ਦਿਖਾਵਾਂਗੇ ਵੀ ਕਿਵੇਂ ਇੱਥੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਚੇਂਜ ਆ ਗਏ ਹਨ ਹਾਂਜੀ ਇਹ ਜੋ ਤੁਸੀਂ ਰਸਤਾ ਦੇਖ ਰਹੇ ਹੋ ਇਹ ਉਸ ਖੂਂਵਲ ਜਾ ਰਿਹਾ ਹੈ ਜਿੱਥੇ ਜਰਨਲ ਅਡਵਾਈਜ਼ਰ ਦੇ ਕਹਿਣ ਤੇ ਜਰਨਲ ਡਾਇਰ ਦੇ ਗੋਲੀਆਂ ਚਲਵਾ ਦਿੱਤੀਆਂ ਸਨ ਅਤੇ ਬਹੁਤ ਸਾਰੇ ਲੋਕਾਂ ਨੇ ਡਰ ਦੇ ਕਾਰਨ ਇਸ ਖੂਹ ਦੇ ਵਿੱਚ ਸਾਲਾ ਮਾਰ ਦਿੱਤੇ ਸਨ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਬੇਸੂਬ ਅਤੇ ਨਿਹੱਤੇ ਲੋਕਾਂ ਦੀ ਮੌਤ ਹੋ ਗਈ ਸੀ ਹਾਂਜੀ ਸਾਹਮਣੇ ਤੁਸੀਂ ਉਹ ਖੂਹ ਦੇਖ ਰਹੇ ਹੋ ਜਿਸ ਨੂੰ ਹੁਣ ਚਾਰੇ ਪਾਸੇ ਕਵਰ ਕਰ ਦਿੱਤਾ ਗਿਆ ਹੈ ਪਹਿਲਾਂ ਤਾਂ ਇਸ ਖੂਹ ਦੇ ਵਿੱਚ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ ਵੀ ਕਿਸ ਤਰ੍ਹਾਂ ਦਿਖਾਈ ਦਿੰਦਾ ਸੀ ਪਰ ਹੁਣ ਬਹੁਤ ਹੀ ਵੱਡੇ ਅਤੇ ਮੋٹے ਸ਼ੀਸ਼ੇ ਲਗਾ ਦਿੱਤੇ ਹਨ ਹੁਣ ਦੇਖਣਾ ਥੋੜਾ ਮੁਸ਼ਕਲ ਲੱਗਦਾ ਹੈ ਅਤੇ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੁਝ ਸਾਫ ਨਹੀਂ ਦਿਖਾਈ ਦੇ ਰਿਹਾ ਖੂਹ ਦੇ ਅੰਦਰ ਹਾਂਜੀ ਲੋਕ ਹੋਰ ਵੀ ਬਹੁਤ ਸਾਰੇ ਲੋਕ ਇਸ ਖੂਹ ਨੂੰ ਦੇਖ ਰਹੇ ਹਨ ਹਾਂਜੀ ਅੱਜ ਮੀ ਬਹੁਤ ਜ਼ਿਆਦਾ ਹੋਣ ਕਰਕੇ ਸ਼ੀਸ਼ੇ ਵੀ ਥੋੜੇ ਧੁੰਦਲੇ ਦਿਖਾਈ ਦੇ ਰਹੇ ਹਨ ਅਤੇ ਵਿੱਚ ਵੀ ਚੰਗੀ ਤਰ੍ਹਾਂ ਨਹੀਂ ਦੇਖਿਆ ਜਾ ਰਿਹਾ ਅਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਗੋਲੀਆਂ ਦੇ ਨਿਸ਼ਾਨਾਂ ਵੱਲ ਜਿੱਥੇ ਉਹ ਗੋਲੀਆਂ ਨੇ ਇਨਸਾਨ ਵੱਜੇ ਸਨ ਅਤੇ ਲੋਕ ਵੀ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਚੁੱਕੇ ਹਨ ਹਾਂਜੀ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਹੋਰ ਵੀ ਲੋਕ ਜਿਲ੍ਹਾ ਵਾਲੇ ਬਾਗ ਨੂੰ ਦੇਖਣਾ ਹੈ ਅਤੇ ਵੱਡੇ ਵੱਡੇ ਲੋਕ ਦੂਰੋਂ ਦੂਰੋਂ ਹੋਰ ਵੀ ਜਿਲ੍ਹਾ ਅਤੇ ਰਾਜਾਂ ਵਿੱਚੋਂ ਆਉਂਦੇ ਹਨ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਹਨ ਇਹ ਉਹ ਪੁਰਾਣੇ ਗੋਲੀਆਂ ਦੇ ਨਿਸ਼ਾਨ ਹਨ ਜਿਸੋ ਜਨਰਲ ਡਾਇਰ ਨੇ ਨਿਹੱਤੇ ਲੋਕਾਂ ਉੱਤੇ ਗੋਲੀਆਂ ਚਲਵਾ ਦਿੱਤੀਆਂ ਸਨ ਹਾਂਜੀ ਇਹ ਤੁਸੀਂ ਨਿਸ਼ਾਨ ਦੇਖ ਰਹੇ ਹੋ ਜੋ ਆਲੇ-ਦੁਆਲੇ ਪੇਂਟਿੰਗ ਨਾਲ ਕਵਰ ਕੀਤੇ ਹੋਏ ਹਨ ਹਾਂਜੀ ਇਹ ਗੱਲ 1919 ਈਸਵੀ ਦੀ ਹੈ ਜਿਸ ਨੂੰ ਬਹੁਤ ਜ਼ਿਆਦਾ ਟਾਈਮ ਵੀ ਹੋ ਗਿਆ ਹੈ ਪਰ ਇਹ ਨਿਸ਼ਾਨ ਉਸੇ ਤਰ੍ਹਾਂ ਹਨ ਅਤੇ ਸਰਕਾਰ ਨੇ ਇਸ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਗਿਆ ਹੈ ਇਸ ਉੱਤੇ ਲਿਖਿਆ ਗਿਆ ਹੈ ਕਿ ਇਸ ਉੱਤੇ ਗੋਲੀਆਂ ਦੇ 28 ਨਿਸ਼ਾਨ ਲੱਗੇ ਹਨ ਜੋ ਤੁਸੀਂ ਦੇਖ ਰਹੇ ਹੋ ਹਾਂਜੀ ਤੁਹਾਨੂੰ ਜਿਲ੍ਹਾ ਵਾਲੇ ਬਾਗ ਦੇ ਅੱਗੇ ਲੈ ਚੱਲਦੇ ਹਾਂ ਹਾਂਜੀ ਮੀ ਵੀ ਬਹੁਤ ਭਾਰੀ ਮਾਤਰਾ ਵਿੱਚ ਪੈ ਰਿਹਾ ਹੈ ਪਰ ਤੁਹਾਨੂੰ ਵੀਡੀਓ ਬਣਾ ਕੇ ਜਰੂਰ ਦਿਖਾਵਾਂਗੇ ਵੀ ਜਿਲ੍ਹਾ ਵਾਲੇ ਬਾਗ ਨੂੰ ਹੁਣ ਪਹਿਲਾਂ ਨਾਲੋਂ ਕਿੰਨਾ ਬਦਲ ਦਿੱਤਾ ਗਿਆ ਹੈ ਹਾਂਜੀ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹੀ ਜਿੱਲਿਆ ਵਾਲੇ ਬਾਗ ਵਿੱਚ ਮੁੱਖ ਚੀਜ਼ ਦਿਖਾਈ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹੀ ਜਿੱਲਿਆ ਵਾਲਾ ਬਾਗ ਹੈ ਅਤੇ ਇਸ ਉੱਤੇ ਸੀਦਾਂ ਨੂੰ ਵੀ ਪ੍ਰਣਾਮ ਕੀਤਾ ਜਾਂਦਾ ਹੈ ਤਾਂ ਕਿ ਤੁਸੀਂ ਇਸ ਸੀਦਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾ ਸਕੇ। ਜਿਦਾਂ ਤੁਹਾਨੂੰ ਅੱਗੇ ਲੈ ਚਾਹਦੇ ਹਾਂ ਅਤੇ ਹੋਰ ਥਾਵਾਂ ਤੇ ਦਿਖਾਦੇ ਹਾਂ ਜਿੱਥੇ ਗੋਲੀਆਂ ਦੇ ਨਿਸ਼ਾਨ ਵੱਜੇ ਹਨ। ਹਾਂਜੀ ਜਿਉ ਤੁਸੀਂ ਇਹ ਸਾਹਮਣੇ ਉਹ ਕੰਦਾ ਦੇਖ ਰਹੇ ਹੋ ਜਿੱਨਾਂ ਉੱਤੇ ਵੀ ਗੋਲੀਆਂ ਦੇ ਨਿਸ਼ਾਨ ਹਨ ਕਿਉਂਕਿ ਬਹੁਤ ਹੀ ਭਾਰੀ ਮਾਤਰਾ ਵਿੱਚ ਗੋਲੀਆਂ ਨੂੰ ਚਲਾਇਆ ਗਿਆ ਸੀ ਅਤੇ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਹਾਂਜੀ ਜੋ ਤੁਸੀਂ ਇਹ ਨਿਸ਼ਾਨ ਦੇਖ ਰਹੇ ਹੋ ਇਹ ਵੀ ਗੋਲੀਆਂ ਦੇ ਨਿਸ਼ਾਨ ਹਨ ਜਿੱਥੇ ਗੋਲੀਆਂ ਦੇ ਨਿਸ਼ਾਨ ਵੱਜੇ ਦਿਖਾਈ ਦੇ ਰਹੇ ਹਨ ਕਿਉਂਕਿ ਇਹ ਬਹੁਤ ਬਿਲਡਿੰਗ ਪੁਰਾਣੀ ਹੋ ਚੁੱਕੀ ਹੈ ਤਾਂ ਕਰਕੇ ਹਜੇ ਵੀ ਇਸ ਬਿਲਡਿੰਗ ਉੱਤੇ ਸਰਕਾਰ ਨੇ ਗੋਲੀਆਂ ਦੇ ਨਿਸ਼ਾਨ ਨੂੰ ਸਾਹਮਣੇ ਰੱਖਿਆ ਹੋਇਆ ਹੈ ਇੱਥੇ ਹਰ ਰੋਜ਼ ਬਹੁਤ ਹੀ ਵੱਡੀ ਗੰਤੀ ਵਿੱਚ ਲੋਕ ਜਿੱਲ੍ਹਿਆ ਵਾਲੇ ਬਾਗ ਨੂੰ ਦੇਖਣ ਆਉਂਦੇ ਹਨ ਹਾਂਜੀ ਇੱਕ ਇਹ ਕੰਦ ਹੈ ਜਿੱਥੇ ਬਹੁਤ ਹੀ ਜ਼ਿਆਦਾ ਗੋਲੀਆਂ ਦੇ ਨਿਸ਼ਾਨ ਵੱਜੇ ਹੋਏ ਹਨ ਹਾਂਜੀ ਇਹ ਕੰਦ ਥੋੜੀ ਸਮੇਂ ਦੀ ਨਹੀਂ ਹੈ ਬਹੁਤ ਹੀ ਜ਼ਿਆਦਾ ਸਮਾਂ ਪੁਰਾਣੀ ਹੈ ਹਾਂਜੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਹੀ ਮਿਹਨਤ ਨਾਲ ਇਹ ਵੀਡੀਓ ਬਣਾਈ ਗਈ ਹੈ ਹਾਂਜੀ ਚੈਨਲ ਅਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ